ਮਿੰਟੂ ਜੀ ਆਪਣੇ ਕੋਲੇ ਨਾ ਸਮਾਂ ਰਹਿ ਗਿਆ ਥੋੜਾ ਪਰ ਜਾਂਦੇ ਆਂਦੇ ਬੁਟੀਕਾਂ ਵਾਲਾ ਜ਼ਰੂਰ ਦੱਸਿਓ ਕਿ ਬੁਟੀਕਾਂ ਵਾਲਾ ਹੁਣ ਕੀ ਰੌਲਾ ਪੈ ਗਿਆ ਸਰਕਾਰ ਕਿਉਂ ਮਗਰ ਪੈ ਗਈ ਆ ਪਟਿਆਲੇ ਵੀ ਗਏ ਹੋਣਗੇ ਤੁਸੀਂ ਪਟਿਆਲਾ ਸ਼ਹਿਰ ਛੱਡ ਗਏ ਸੀਗੇ ਵਿੱਚ ਤੋਂ ਨਾ ਬੱਲ ਲੁਧਿਆਣਾ ਕਹਿਗੇ ਸੀ ਉਹ ਪਟਿਆਲੇ ਵੀ ਗਏ ਹੋਣਗੇ ਕਿਉਂਕਿ ਜਲੰਧਰ ਅਮਰਸਰ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਨੇ ਜੀ ਨਾ ਨਾ ਆਪਾਂ ਥੋੜੀ ਕੋਈ ਇਹਨਾਂ ਦੇ ਪੈਰਾਂ 'ਚ ਬੀੜੀਆਂ ਪਾਣੀਆਂ ਨੇ ਦੇਦੀ ਨਾਲਿਆ ਵੀ ਜੇ ਤੁਹਾਨੂੰ ਇਹ ਟੈਕਸ ਚੋਰੀ ਦੀਦੀ ਆ ਤੇ ਜਿਹੜੀ ਆ ਸਾਡੇ ਟੈਕਸ ਦੇ ਵਿੱਚੋਂ ਆ ਜਿਹੜੀ ਮਾਰ ਖੋਰੀ ਹੁੰਦੀ ਆ ਜਾਜਾਂ ਵਾਲੀ ਫਲਾਣੇ ਵਾਲੀ ਟਮਕਾਣੇ ਵਾਲੀ ਇਹਦੇ ਤੇ ਵੀ ਬੋਲਿਆ ਕਰੋ ਯਾਰ ਜੀ ਇਹ ਕਿਹੜਾ ਗਾਂ ਸਾਨੂੰ ਇੰਟਰਸਟ ਲੱਗੇ ਖਜ਼ਾਨੇ ਦੇ ਪੈਸੇ ਵਿਆਜ ਦੇ ਦੁਗਣੇ ਹੋ ਜਾਂਦੇ ਆ ਇਹਨੂੰ ਵੀ ਖੋਰਾ ਲੱਗ ਰਿਹਾ ਤੇ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ 800 ਦੇ ਕਰੀਬ ਵੱਡੇ ਬੁਟੀਕ ਹੈਗੇ ਨੇ ਕੰਮਕਾਰ ਉਹ ਕਰਦੇ ਨੇ ਵੱਡਾ ਬਾਰਲੇ ਦੇਸ਼ਾਂ ਚ ਤੱਕ ਵੀ ਸੂਟ ਕੱਲਦੇ ਨੇ ਲੱਖ ਲੱਖ ਰੁਪਏ ਦਾ ਸੂਟ ਹੈ ਅੱਜ ਕੱਲ ਬੀਬੀਆਂ ਤੁਹਾਨੂੰ ਪਤਾ ਮਤਲਬ ਕਿ ਪਹਿਨਣ ਪਚਰਨ ਤੇ ਤਾਂ ਕਾਫੀ ਖਰਚ ਕਰਦੀਆਂ ਨੇ ਹਾਂ ਇਹਨਾਂ ਅੱਜ ਕੱਲ ਬੰਦੇ ਵੀ ਕਰਦੇ ਨੇ ਕਰਦੀਆਂ ਨੇ ਨਾ ਹਾਂ ਇਹ ਰੀਲਾ ਰੁਲਾ ਪਾਉਂਦੇ ਨੇ ਬੁਟੀਕਾਂ ਵਾਲੇ ਤੇ ਇਹ ਹੁਣ ਗੱਲ ਅੱਛਾ ਪਹਿਲੀ ਗੱਲ ਤੇ ਯਾਰ ਸਾਰਿਆਂ ਨੂੰ ਅਸੀਂ ਚੋਰ ਕਹਿ ਦਿੰਨੇ ਆ ਉਹਨਾਂ ਨੇ ਕੀ ਕੀਤਾ ਕਿ 392 ਦੇ ਕਰੀਬ ਬੁਟੀਕਾਂ ਉਹਨਾਂ ਨੂੰ ਨੋਟਿਸ ਭੇਜਿਆ ਕਿ ਭਾਈ ਤੁਹਾਡਾ ਕੀ ਹਿਸਾਬ ਕਿਤਾਬ ਹੈ ਮੜਾ ਜਾ ਦੱਸੋ ਸਾਨੂੰ ਸਰਕਾਰ ਨੇ ਇਹ ਤੇ ਕਿਹਾ ਹੀ ਨਹੀਂ ਕਿ ਤੁਸੀਂ ਚੋਰ ਹੋ ਟੈਕਸੇਸ਼ਨ ਦਾ ਜਿਹੜਾ ਹੁੰਦਾ ਹੈ ਨਾ ਫੰਡਾ ਇਹੀ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਨੋਟਿਸ ਆਏਗਾ ਕੀ ਹੋਜੀ ਉਹ ਤੇ ਚੈਨਲਾਂ ਨੂੰ ਵੀ ਆ ਜਾਂਦੇ ਹੁੰਦੇ ਨੋਟਿਸ ਆ ਜਾਂਦਾ ਹੈ ਕਿ ਹਾਂ ਭਾਈ ਕੀ ਹੈ ਤੁਹਾਡੇ ਕੋਲ ਆਈਟੀਆਰ ਵਗੈਰਾ ਕਿ ਭਰਦੇ ਹੋ ਕੀ ਹੈ ਜੀਐਸਟੀ ਨੰਬਰ ਹੈਗਾ ਤੁਹਾਡੇ ਕੋਲ ਕਿ ਨਹੀਂ ਹੁਣ ਇੱਥੇ ਲੱਗ ਕੋਈ ਜੀ ਟੈਕਸ ਨਹੀਂ ਭਰਦਾ ਫਲਾ ਟਮਕਾ ਇਹਨਾਂ ਦਾ ਧੰਦਾ ਕਰੋੜਾ ਉਹਨਾਂ ਨੇ ਕੁਝ ਕੁ ਬੁਟੀਕ ਇਸ ਤਰ੍ਹਾਂ ਦੇ ਵੇਖਿਆ ਜਿਨ੍ਹਾਂ ਦਾ ਬਿਜ਼ਨਸ ਬਹੁਤ ਜ਼ਿਆਦਾ ਹੈ ਤਾਂ ਟੈਕਸ ਜਿਹੜਾ ਬੋਲ ਨਹੀਂ ਰਿਹਾ ਕਿਤੇ ਤਾਂ ਉੱਥੇ ਵੀ ਨੋਟਸ ਗਿਆ ਕਿ ਹਾਂ ਭਾਈ ਦੱਸੋ ਤੁਸੀਂ ਟੈਕਸ ਕਿਉਂ ਨਹੀਂ ਭਰਿਆ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਪੇਮੈਂਟ ਤੇ ਆਨਲਾਈਨ ਹੁੰਦੀ ਆ ਨਾ ਜੀ ਇਹ ਵੀ ਹੁਣ ਹੈਗਾ ਹੀ ਆ ਬਾਹਰ ਲੈਣ ਤੇ ਤੁਹਾਡੇ account 'ਚ ਹੀ ਪਾਉਣੀ ਆ account ਨੰਬਰ ਕੋਈ ਨਾ ਕੋਈ ਦਿਓਗੇ ਹਾਂਜੀ ਤਾਂ ਦਿਆ ਜੀ ਹੁਣ ਗੱਲ ਇਹ ਆ ਕਿ ਇਹ ਸਾਰੇ ਅਸੀਂ ਹੁਣ ਚੋਰ ਕਿਵੇਂ ਕਹਾਂਗੇ ਜੀ ਇਹਦੇ ਵਿੱਚੋਂ ਜਿਹੜੇ ਕੋਈ ਟੈਕ ਚੋਰ ਵੱਡੇ ਨਿਕਲਣਗੇ ਉਹ ਆਪੇ ਦੇਖ ਲੈਣਗੇ ਉਹ ਹਲਾ ਲਲਾ ਜਿਆਦਾ ਹੋ ਜਾਂਦੀ ਹੈ ਕਿ ਜੇ ਚੋਰੀ ਕਰਦੇ ਫਲਾਂ ਕਰਦੇ ਟਮਕਾਂ ਕਰਦੇ ਮੈਂ ਦੱਸਣਾ ਚਾਹੁੰਦਾ ਕਿ ਸਿਰਫ ਨੋਟਸ ਹੁੰਦੇ ਆ ਪਹਿਲਾਂ ਜੀ ਨੋਟਸ ਤੇ ਐ ਤੇ ਐਨਆਈਏ ਵੀ ਕਰ ਦਿੰਦਾ ਨੋਟਸ ਪੰਜਾਬ ਦੇ ਕਈ ਬੰਦਿਆਂ ਨੂੰ ਕਰਦਾ ਵੀ ਆਓ ਜਵਾਬ ਦਿਓ ਜੀ ਈਡੀ ਵੀ ਕਰਦਾ ਆਈਟੀ ਵੀ ਕਰਦਾ ਉਹ ਪ੍ਰੋਸੀਜਰ ਆ ਪ੍ਰੋਸੀਜਰ ਇਹਨਾਂ ਨੇ ਸ਼ੁਰੂ ਕੀਤਾ ਆਪੇ ਜਿੰਨਾ ਖਾਧੀਆਂ ਗਾਜਰਾ ਢੇਡੋ ਉਹਨਾਂ ਦੇ ਪੀੜ ਜੇ ਕਿਸੇ ਨੇ ਆਈਟੀਆਰ ਭਰੀ ਨਹੀਂ ਹੈ ਭਾਈ ਉਹਦੀ ਗਲਤੀ ਹੈ ਜੀ ਜੋ ਤੁਹਾਡੇ ਖਾਤੇ ਚ ਰਕਮ ਘੁੰਮਦੀ ਆ ਤੁਹਾਡਾ ਹੱਕ ਬਣਦਾ ਸੀਓ ਨੂੰ ਦੱਸੋ ਕਿ ਭਾਈ ਆ ਸਟੇਟਮੈਂਟ ਦੇ ਹਿਸਾਬ ਨਾਲ ਜੋ ਬਣਦਾ ਸਰਦਾ ਹੈ ਦੱਸ ਤੋ ਜੀ ਠੀਕ ਹੈ ਨਾ ਜੀ ਤਾਂ ਜੋ ਬਣਦਾ ਭਰਦੇ ਉਹ ਤਾਂ ਆਮ ਆਪਣੇ ਬੰਦੇ ਤੇ ਵੀ ਢੁੱਕਦੀ ਆ ਸਾਡੇ ਤੁਹਾਡੇ ਤੇ ਵੀ ਢੁੱਕਦੀ ਆ ਕਿ ਜੋ ਘੁੰਮਦਾ ਪੈਸਾ ਤੁਹਾਡਾ ਇੱਕ ਸਾਲ ਦੇ ਵਿੱਚ ਅਗਲੇ ਨੂੰ ਉੱਥੇ ਪੀਡੀਐਫ ਬਣਾ ਕੇ ਭੇਜੋ ਕਿ ਲਓ ਜੀ ਮੇਰਾ ਕਿੰਨਾ ਬਣਦਾ ਉਹ ਭਰਦੇ ਹੋਗੇ ਤਾਂ ਉਹਦੇ ਬੈਨੀਫਿਟ ਵੀ ਨੇ ਤੇ ਜੇ ਇਸ ਤਰ੍ਹਾਂ ਚਲਾਕੀ ਚਲੁੱਕੀ ਕਰੋਗੇ ਉਹ ਕਿਤੇ 4 ਸਾਲ ਚੱਲ ਵੀ ਸਕਦੀ ਆ 5ਵੇਂ ਸਾਲ ਫੜੇਗੇ ਤੇ ਪੈਨਲਟੀ ਇਹਨਾਂ ਦੀ ਇੰਨੀ ਜ਼ਬਰਦਸਤ ਹੁੰਦੀ ਆ ਨਾ ਕੋਈ ਇੱਕ ਸਾਲ ਦੀ ਕਮਾਈ ਚਲੇ ਜੂਗੀ ਮੁੜ ਕੇ ਅੱਛਾ ਜੀ ਨਵਜੋਤ ਸਿੰਘ ਸਿੱਧੂ ਨੂੰ ਪੈਨਲਟੀ ਲਾਈ ਉਹਨਾਂ ਨੇ ਜਿਹੜਾ ਮਾਮਲਾ ਹੁਣ ਮੈਨੂੰ ਲੱਗਦਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਗਿਆ ਜੀ ਨਵਜੋਤ ਸਿੰਘ ਦੇ ਸਿੱਧੂ ਕਹਿੰਦਾ ਕਿ ਕੈਲਕੂਲੇਸ਼ਨ ਹੀ ਸਹੀ ਨਹੀਂ ਹੈਗੀ ਪਰ ਉਹਨਾਂ ਨੇ ਉਹ ਮਤਲਬ ਕਿ ਤਗੜਾ ਬਣਾ ਕੇ ਤੇ ਭਰਲਾ ਭੇਜ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੂੰ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਭਾਈ ਥੋੜਾ ਅਵੇਰ ਰਹੋ ਜੇ ਤੁਹਾਡਾ ਬਿਜ਼ਨਸ ਮੈਂ ਤੇ ਦੁਆ ਕਰੂੰਗਾ ਭਾਈ ਕਰੋੜਾ ਤੋਂ ਵੀ ਅਰਬਾਂ ਤੱਕ ਚਲਾ ਜਾਵੇ ਪਰ ਟੈਕਸ ਚੋਰੀ ਵਾਲੇ ਮਾਮਲੇ 'ਚ ਸੰਭਲ ਕੇ ਕਿਉਂਕਿ ਹੁਣ ਇਹ ਸਾਰੀਆਂ ਚੀਜ਼ਾਂ ਫੜੀਆਂ ਜਾਂਦੀਆਂ ਨੇ ਖੇਤੀ ਫੜੀਆਂ ਜਾਂਦੀਆਂ ਜੀ 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 ਇਧਰ ਉਹ ਤਾਜ ਜੀ ਕਹਿੰਦੇ ਜੀ ਇੱਕ ਬੀਬੀ ਐਮਐਲਏ ਨੂੰ ਸੂਟ ਨਹੀਂ ਮਿਲਿਆ ਜੀ ਅੱਛਾ ਉਹ ਤਾਂ ਸ਼ੁਰੂ ਹੋਇਆ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਵੀ ਉਹ ਕੀ ਕਾਂਡ ਸੀ ਸੂਟ ਕਾਂਡ ਵਾਵਾ ਚਰਚਾ ਵਾਵਾ ਸੁਣਿਆ ਇਹਦਾ ਚਲੋ ਭਾਈ ਹੁਣ ਤਾਂ ਆਫਲਾਈਨ ਤੁਸੀਂ ਕਮੈਂਟ ਕਰ ਦਿਓ ਤੇ ਬਾਅਦ ਸੁਣ ਲਾਂਗੇ ਦੇਖਾਂਗੇ ਤੁਹਾਡੇ ਕਮੈਂਟ ਪੜ ਕੇ ਆ ਖਾਸ ਕਰਕੇ ਜੇ ਕੋਈ ਸੂਟਕਾਂਡ ਕਿਸੇ ਨੂੰ ਪਤਾ ਹੋਇਆ ਤਾਂ ਤੇ ਇਧਰੋਂ ਮਿੰਟੂ ਜੀ ਆਪਾਂ ਲਈਏ ਇਜਾਜ਼ਤ ਕਿਉਂਕਿ ਇਧਰੋਂ ਕਮੈਂਟ ਦੇਖ ਲਓ ਹੁਣ ਭਰਤੀਆਂ ਵਾਲੇ ਚੱਲੀ ਸੀ ਨਾ ਗੱਲ ਹਾਂਜੀ ਬੜੇ ਆ ਰਹੇ ਨੇ ਭਰਤੀਆਂ ਵਾਲੇ ਕਹਿੰਦੇ ਕਿ ਇੱਕ ਦਾ ਲੈ ਲਓ ਤੁਸੀਂ ਦੱਸੋ ਰਮਨਦੀਪ ਜੀ ਆ ਕਹਿੰਦੇ ਕਿ ਜੀ ਮੈਂ ਖੁਦ ਨੇ 134 ਨੰਬਰ ਲੈ ਸੀ 150 ਵਿੱਚੋਂ ਹਿੰਦੀ ਪੋਸਟਾਂ ਸਾਈਕਲਾਂ ਸੀ ਤੇ ਬਾਅਦ ਦੇ ਵਿੱਚ ਕਹਿੰਦੇ ਕਿ ਅਸੀਂ ਘਰੇ ਬੈਠੇ ਆ ਕੋਈ ਗੱਲ ਸਿਰੇ ਨਹੀਂ ਲੱਗੀ ਇਦਾਂ ਹੀ ਉੱ ਹਰਪ੍ਰੀਤ ਲੋਜੀ ਉਹ ਕਹਿੰਦੇ 2003 ਦੇ ਵਿੱਚ ਮੇਰੇ ਮਾਤਾ ਜੀ ਭਰਤੀ ਹੋਏ ਸੀਗੇ এডਿਕੇਸ਼ਨ ਬੋਰਡ ਦੇ ਵਿੱਚ ਸਿੱਖਿਆ ਬੋਰਡ ਚ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਆਈ 2003 ਤੋਂ ਬਾਅਦ 20 ਸਾਲ ਹੋ ਗਏ ਦੱਸੋ ਸੋ ਭਰਤੀਆਂ ਦਾ ਤੇ ਬੁਰਾ ਹਾਲ ਆ ਜੀ ਬਸ ਮੈਂ ਇਹ ਕਹੂੰਗਾ ਕਿ ਭਾਵੇਂ ਸਹਿਜੇ ਕਰ ਲੋ ਥੋੜਾ ਆਪ ਦਾ ਜਿਹੜਾ ਹਰਾ ਪੈਨ ਨੇ ਪਰ ਹਰਾ ਪੈਨ ਜਦੋਂ ਇੱਕ ਵਾਰੀ ਚੱਲ ਜਾਵੇ ਨਾ ਉਹਦੇ ਤੇ ਲਾਲ ਖੀਰ ਨਾ ਭਜੇ ਹਾਂ ਲਾਲ ਨਾ ਭਜੇ ਚੜ ਜਾਵੇ ਤੇ ਮਿਕਸ ਵਜੇ ਬਣਾ ਲਓ ਸਾਰੇ ਮਹਿਕਮੇ ਚ ਥੋੜੀ ਥੋੜੀ ਕਰ ਹਾਂ ਥੋੜੀ ਥੋੜੀ ਭਰਤੀ ਕਰ ਦੇ ਜੀ ਤੁਹਾਨੂੰ ਵੀ ਸੌਖਿਆ ਤੇ ਦੂਜੇ ਜਿਹੜੇ ਭਰਤੀ ਹੋਣ ਵਾਲੇ ਉਹਨਾਂ ਨੂੰ ਵੀ ਹੁੰਦਾ ਵੀ ਚੱਲ ਭਰਤੀ ਰੈਗੂਲਰ ਆ ਹੀ ਜਾਂਦੀ ਹੈ ਯਾਰ ਉਹ ਆਪ ਦੀ ਤਿਆਰੀ ਰੱਖਾ ਆ ਹੀ ਜਾਂਦੀ ਹੈ ਜੀ ਜੀ ਮਿੰਟੂ ਜੀ ਆਪਣੇ ਕੋਲੇ ਨਾ ਸਮਾਂ ਰਹਿ ਗਿਆ ਥੋੜਾ ਪਰ ਜਾਂਦੇ ਆਂਦੇ ਬੁਟੀਕਾਂ ਵਾਲਾ ਜ਼ਰੂਰ ਦੱਸਿਓ ਕਿ ਬੁਟੀਕਾਂ ਵਾਲੇ ਦਾ ਹੁਣ ਕੀ ਰੌਲਾ ਪੈ ਗਿਆ ਸਰਕਾਰ ਕਿਉਂ ਮਗਰ ਪੈ ਗਈ ਆ ਵੇ ਪਟਿਆੜੇ ਵੀ ਗਏ ਹੋਣਗੇ ਤੁਸੀਂ ਪਟਿਆਲਾ ਸ਼ਹਿਰ ਛੱਡ ਗਏ ਸੀਗੇ ਵਿੱਚ ਦੋ ਨਾ ਬੱਲੇ ਲੁਧਿਆਣਾ ਕਹਿ ਗਏ ਸੀ ਉਹ ਪਟਿਆੜੇ ਵੀ ਗਏ ਹੋਣਗੇ ਕਿਉਂਕਿ ਜਲੰਧਰ ਅਮਰਸਰ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਨੇ ਜੀ ਨਾ ਨਾ ਆਪਾਂ ਥੋੜੀ ਕੋਈ ਇਹਨਾਂ ਦੇ ਪੈਰਾਂ 'ਚ ਬੀੜੀਆਂ ਪਾਣੀਆਂ ਨੇ ਜੀ ਜੀ ਗੱਲ ਇਹ ਆ ਵੀ ਜੇ ਤੁਹਾਨੂੰ ਇਹ ਟੈਕਸ ਚੋਰੀ ਦੀਦੀ ਆ ਤੇ ਜਿਹੜੀ ਆ ਸਾਡੇ ਟੈਕਸ ਦੇ ਵਿੱਚੋਂ ਆ ਜਿਹੜੀ ਮਾਰ ਖੋਰੀ ਹੁੰਦੀ ਆ ਜਾਜਾਂ ਵਾਲੀ ਫਲਾਣੇ ਵਾਲੀ ਟਮਕਾਣੇ ਵਾਲੀ ਇਹਦੇ ਤੇ ਵੀ ਬੋਲਿਆ ਕਰੋ ਯਾਰ ਜੀ ਇਹ ਕਿਹੜਾ گاਂ ਸਾਨੂੰ ਇੰਟਰਸਟ ਲੱਗੇ ਖਜ਼ਾਨੇ ਦੇ ਪੈਸੇ ਵਿਆਜ ਦੇ ਦੁੱਗਣੇ ਹੋ ਜਾਂਦੇ ਆ ਇਹਨੂੰ ਵੀ ਖੋਰਾ ਲੱਗ ਰਿਹਾ ਭਈ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ 800 ਦੇ ਕਰੀਬ ਵੱਡੇ ਬੁਟੀਕ ਹੈਗੇ ਨੇ ਕੰਮਕਾਰ ਉਹ ਕਰਦੇ ਨੇ ਵੱਡਾ ਬਾਹਰਲੇ ਦੇਸ਼ਾਂ ਤੱਕ ਵੀ ਸੂਟ ਕੱਲਦੇ ਨੇ ਲੱਖ ਲੱਖ ਰੁਪਏ ਦਾ ਸੂਟ ਹੈ ਅੱਜਕੱਲ ਬੀਬੀਆਂ ਤੁਹਾਨੂੰ ਪਤਾ ਮਤਲਬ ਕਿ ਪਹਿਨਣ ਪਚਰਣ ਤੇ ਤਾਂ ਕਾਫੀ ਖਰਚ ਕਰਦੀਆਂ ਨੇ ਅੱਜਕੱਲ ਬੰਦੇ ਵੀ ਕਰਦੇ ਨੇ ਮਤ ਕਰਦਿਆਂ ਨੇ ਨਾ ਹਾਂ ਇਹ ਰੀਲਾ ਰੁੱਲਾ ਪਾਉਂਦੇ ਨੇ ਬੁਟੀਕਾਂ ਵਾਲੇ ਤੇ ਇਹ ਹੁਣ ਗੱਲ ਅੱਛਾ ਪਹਿਲੀ ਗੱਲ ਤੇ ਯਾਰ ਸਾਰਿਆਂ ਨੂੰ ਅਸੀਂ ਚੋਰ ਕਹਿ ਦਿੰਨੇ ਆ ਉਹਨਾਂ ਨੇ ਕੀ ਕੀਤਾ ਕਿ 392 ਦੇ ਕਰੀਬ ਬੁਟੀਕਾਂ ਉਹਨਾਂ ਨੂੰ ਨੋਟਿਸ ਭੇਜਿਆ ਕਿ ਭਾਈ ਤੁਹਾਡਾ ਕੀ ਹਿਸਾਬ ਕਿਤਾਬ ਹੈ ਮੜਾ ਜਾ ਦੱਸੋ ਸਾਨੂੰ ਸਰਕਾਰ ਨੇ ਇਹ ਤੇ ਕਿਹਾ ਹੀ ਨਹੀਂ ਕਿ ਤੁਸੀਂ ਚੋਰ ਹੋ ਟੈਕਸੇਸ਼ਨ ਦਾ ਜਿਹੜਾ ਹੁੰਦਾ ਹੈ ਨਾ ਫੰਡਾ ਇਹੀ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਨੋਟਸ ਆਏਗਾ ਕਿ ਆਉ ਜੀ ਉਹ ਤੇ ਚੈਨਲਾਂ ਨੂੰ ਵੀ ਆ ਜਾਂਦੇ ਹੁੰਦੇ ਆ ਨੋਟਸ ਆ ਜਾਂਦਾ ਕਿ ਹਾਂ ਭਾਈ ਕੀ ਆ ਤੁਹਾਡੇ ਕੋਲ ਆਈਟੀਆਰ ਵਗੈਰਾ ਕੋਈ ਭਰਦੇ ਹੋ ਕੀ ਆ ਜੀਐਸਟੀ ਨੰਬਰ ਹੈਗਾ ਤੁਹਾਡੇ ਕੋਲ ਕਿ ਨਹੀਂ ਹੁਣ ਇੱਥੇ ਲੱਗ ਕੋਈ ਜੀ ਟੈਕਸ ਨਹੀਂ ਭਰਦਾ ਫਲਾ ਟਮਕਾ ਇਹਨਾਂ ਦਾ ਧੰਦਾ ਕਰੋੜਾ ਉਹਨਾਂ ਨੇ ਕੁਛ ਕੁ ਬਟੀ ਕਿਸ ਤਰ੍ਹਾਂ ਦੇ ਵੇਖਿਆ ਜਿਨ੍ਹਾਂ ਦਾ ਬਿਜ਼ਨਸ ਬਹੁਤ ਜ਼ਿਆਦਾ ਹੈ ਤਾਂ ਟੈਕਸ ਜਿਹੜਾ ਬੋਲ ਨਹੀਂ ਰਿਹਾ ਕਿਤੇ ਤਾਂ ਉੱਥੇ ਵੀ ਨੋਟਸ ਗਿਆ ਕਿ ਹਾਂ ਭਾਈ ਦੱਸੋ ਤੁਸੀਂ ਟੈਕਸ ਕਿਉਂ ਨਹੀਂ ਭਰਿਆ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਪੇਮੈਂਟ ਤੇ ਆਨਲਾਈਨ ਹੁੰਦੀ ਆ ਨਾ ਜੀ ਇਹ ਵੀ ਹੁਣ ਹੈਗਾ ਹੀ ਆ ਬਾਹਰ ਲੈਣ ਤੇ ਤੁਹਾਡੇ ਕਾਊਂਟ ਸੀ ਪਾਉਣੀ ਆ ਕਾਊਂਟ ਨੰਬਰ ਕੋਈ ਨਾ ਕੋਈ ਦਿਓਗੇ ਹਾਂਜੀ ਤਦ ਹੀ ਆ ਜੀ ਹੁਣ ਗੱਲ ਇਹ ਆ ਕਿ ਇਹ ਸਾਰੇ ਅਸੀਂ ਹੁਣ ਚੋਰ ਕਿਵੇਂ ਕਹਿ ਦਾਂਗੇ ਜੀ ਇਹਦੇ ਵਿੱਚੋਂ ਜਿਹੜੇ ਕੋਈ ਟੈਕ ਚੋਰ ਵੱਡੇ ਨਿਕਲਣਗੇ ਉਹ ਆਪੇ ਦੇਖ ਲੈਣਗੇ ਔਰ ਹਲਾ ਲਲਾ ਜਿਆਦਾ ਹੋ ਜਾਂਦੀ ਆ ਕਿ ਜੇ ਚੋਰੀ ਕਰਦੇ ਫਲਾਣ ਕਰਦੇ ਧਮਕਾ ਕਰਦੇ ਮੈਂ ਦੱਸਣਾ ਚਾਹੁੰਦਾ ਕਿ ਸਿਰਫ ਨੋਟਸ ਹੁੰਦੇ ਆ ਪਹਿਲਾਂ ਜੀ ਨੋਟ ਤੇ ਐਨਆਈਏ ਵੀ ਕਰ ਦਿੰਦਾ ਨੋਟਸ ਪੰਜਾਬ ਦੇ ਕਈ ਬੰਦਿਆਂ ਨੂੰ ਕਰਦਾ ਵੀ ਆਉਂ ਜਵਾਬ ਦਿਓ ਜੀ ਈਡੀ ਵੀ ਕਰਦਾ ਹੈ ਆਈਟੀ ਵੀ ਕਰਦਾ ਹੈ ਤਾਂ ਇਹ ਪ੍ਰੋਸੀਜਰ ਆ ਪ੍ਰੋਸੀਜਰ ਇਹਨਾਂ ਨੇ ਸ਼ੁਰੂ ਕੀਤਾ ਆਪੇ ਜਿੰਨਾ ਖਾਧੀਆਂ ਗਾਜਰਾਂ ਢੇਡੋ ਉਹਨਾਂ ਦੇ ਪੀੜ ਜੇ ਕਿਸੇ ਨੇ ਆਈਟੀਆਰ ਭਰੀ ਨਹੀਂ ਹੈ ਭਾਈ ਉਹਦੀ ਗਲਤੀ ਹੈ ਜੀ ਜੋ ਤੁਹਾਡੇ ਖਾਤੇ ਚ ਰਕਮ ਘੁੰਮਦੀ ਆ ਤੁਹਾਡਾ ਹੱਕ ਬਣਦਾ ਸੀਓ ਨੂੰ ਦੱਸੋ ਕਿ ਭਾਈ ਆ ਸਟੇਟਮੈਂਟ ਦੇ ਹਿਸਾਬ ਨਾਲ ਜੋ ਬਣਦਾ ਸਰਦਾ ਦੱਸ ਤੂੰ ਜੀ ਠੀਕ ਹੈ ਨਾ ਜੀ ਤਾਂ ਜੋ ਬਣਦਾ ਭਰ ਦਿਓ ਤੋ ਆਮ ਆਪਣੇ ਬੰਦੇ ਤੇ ਵੀ ਢੁਕਦੀ ਐ ਸਾਡੇ ਤੁਹਾਡੇ ਤੇ ਵੀ ਢੁਕਦੀ ਐ ਕਿ ਜੋ ਘੁੰਮਦਾ ਪੈਸਾ ਤੁਹਾਡਾ ਇੱਕ ਸਾਲ ਦੇ ਵਿੱਚ ਅਗਲੇ ਨੂੰ ਉਥੇ ਪੀਡੀਐਫ ਬਣਾ ਕੇ ਭੇਜੋ ਕਿ ਲਓ ਜੀ ਮੇਰਾ ਕਿੰਨਾ ਬਣਦਾ ਉਹ ਭਰ ਦਿਓਗੇ ਤਾਂ ਉਹਦੇ ਬੈਨੀਫਿਟ ਵੀ ਨੇ ਤੇ ਜੇ ਇਸ ਤਰ੍ਹਾਂ ਚਲਾਕੀ ਚਲੁੱਕੀ ਕਰੋਗੇ ਉਹ ਕਿਤੇ 4 ਸਾਲ ਚੱਲ ਵੀ ਸਕਦੀ ਆ 5ਵੇਂ ਸਾਲ ਫੜੇਗੇ ਤੇ ਪੈਨਲਟੀ ਇਹਨਾਂ ਦੀ ਇੰਨੀ ਜ਼ਬਰਦਸਤ ਹੁੰਦੀ ਆ ਨਾ ਕੋਈ ਇੱਕ ਸਾਲ ਦੀ ਕਮਾਈ ਚਲੇ ਜੂਗੀ ਮੁੜ ਕੇ अच्छा जी नवजोत सिंह सिद्धू ਨੂੰ ਪੈਨਲਟੀ ਲਾਈ ਉਹਨਾਂ ਨੇ ਜਿਹੜਾ ਮਾਮਲਾ ਹੁਣ ਮੈਨੂੰ ਲੱਗਦਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਗਿਆ ਜੀ नवजोत सिंह ਕਿ ਸਿੱਧੂ ਕਹਿੰਦਾ ਕਿ ਕੈਲਕੂਲੇਸ਼ਨ ਹੀ ਸਹੀ ਨਹੀਂ ਹੈਗੀ ਪਰ ਉਹਨਾਂ ਨੇ ਉਹ ਮਤਲਬ ਕਿ ਤਗੜਾ ਬਣਾ ਕੇ ਤੇ ਭਰਲਾ ਪੇਛ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੂੰ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਭਾਈ ਥੋੜਾ ਅਵੇਅਰ ਰਹੋ ਜੇ ਤੁਹਾਡਾ ਬਿਜ਼ਨਸ ਮੈਂ ਤੇ ਦੁਆ ਕਰੂੰਗਾ ਭਾਈ ਕਰੋੜਾ ਤੋਂ ਵੀ ਅਰਬਾਂ ਤੱਕ ਚੱਲਾ ਜਾਵੇ ਪਰ ਟੈਕਸ ਚੋਰੀ ਵਾਲੇ ਮਾਮਲੇ 'ਚ ਸੰਭਲ ਕੇ ਕਿਉਂਕਿ ਹੁਣ ਇਹ ਸਾਰੀਆਂ ਚੀਜ਼ਾਂ ਫੜੀਆਂ ਜਾਂਦੀਆਂ ਨੇ ਖੇਤੀ ਫੜੀਆਂ ਜਾਂਦੀਆਂ ਜੀ 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 ਇਧਰ ਉਹ ਤਾਲ ਜੀ ਕਹਿੰਦੇ ਜੀ ਇੱਕ ਬੀਬੀ ਐਮਐਲਏ ਨੂੰ ਸੂਟ ਨਹੀਂ ਮਿਲਿਆ ਜੀ ਅੱਛਾ ਤਾਂ ਸ਼ੁਰੂ ਹੋਇਆ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਉਹ ਕੀ ਕਾਂਡ ਸੀ ਸੂਟ ਕਾਂਡ ਵਾਵਾ ਚਰਚਾ ਵਾਵਾ ਸੁਣਿਆ ਇਹਦਾ ਚਲੋ ভাই ਹੁਣ ਤਾਂ ਆਫਲਾਈਨ ਤੁਸੀਂ ਕਮੈਂਟ ਕਰ ਦਿਓ ਤੇ ਬਾਅਦ ਸੁਣ ਲਾਂਗੇ ਦੇਖਾਂਗੇ ਤੁਹਾਡੇ ਕਮੈਂਟ ਪੜ੍ਹ ਕੇ ਆ ਖਾਸ ਕਰਕੇ ਜੇ ਕੋਈ ਸੂਟਕਾਂਡ ਕਿਸੇ ਨੂੰ ਪਤਾ ਹੋਇਆ ਤਾਂ ਤੇ ਇਧਰੋਂ ਮਿੰਟੂ ਜੀ ਆਪਾਂ ਲਈਏ ਇਜਾਜ਼ਤ ਕਿਉਂਕਿ ਇਧਰੋਂ ਕਮੈਂਟ ਦੇਖ ਲਓ ਹੁਣ ਭਰਤੀਆਂ ਵਾਲੇ ਚੱਲੀ ਸੀ ਨਾ ਗੱਲ ਹਾਂਜੀ ਬੜੇ ਆ ਰਹੇ ਨੇ ਭਰਤੀਆਂ ਵਾਲੇ ਕਹਿੰਦੇ ਮਨਦੀਪ ਜੀ ਇਹ ਕਹਿੰਦੇ ਕਿ ਜੀ ਮੈਂ ਖੁਦ ਨੇ 134 ਨੰਬਰ ਲੈ ਸੀ 150 ਵਿੱਚੋਂ ਹਿੰਦੀ ਪੋਸਟਾਂ ਸੈਂਕਲ ਹੁੰਦਾ ਸੀ ਤੇ ਬਾਅਦ ਦੇ ਵਿੱਚ ਕਹਿੰਦੇ ਕਿ ਅਸੀਂ ਘਰੇ ਬੈਠੇ ਆ ਕੋਈ ਗੱਲ ਸਿਰੇ ਨਹੀਂ ਲੱਗੀ ਇਦਾਂ ਹੀ ਉੱਪਰ ਇੱਕ ਵੀਰ ਨੇਗੇ ਹਰਪ੍ਰੀਤ ਢੱਲੋਂ ਜੀ ਉਹ ਕਹਿੰਦੇ 2003 ਦੇ ਵਿੱਚ ਮੇਰੇ ਮਾਤਾ ਜੀ ਭਰਤੀ ਹੋ ਸਿੱਖਿਆ ਬੋਰਡ ਚ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਆਈ ਦੋ ਘਰ ਤਿੰਨੇ ਤੋਂ ਬਾਅਦ 20 ਸਾਲ ਹੋ ਗਏ ਦੱਸੋ ਸੋ ਭਰਤੀਆਂ ਦਾ ਤੇ ਬੁਰਾ ਹਾਲ ਆ ਜੀ ਬਸ ਮੈਂ ਇਹ ਕਹੂੰਗਾ ਕਿ ਭਾਵੇਂ ਸੱਜੇ ਕਰ ਲੋ ਥੋੜਾ ਆਪ ਦਾ ਜਿਹੜਾ ਹਰਾ ਪੈਨ ਹੈ ਪਰ ਹਰਾ ਪੈਨ ਜਦੋਂ ਇੱਕ ਵਾਰੀ ਚੱਲ ਜਾਵੇ ਨਾ ਉਹਦੇ ਤੇ ਲਾਲ ਧਾਰ ਨਾ ਭਜੇ ਹਾਂ ਲਾਲ ਨਾ ਭਜੇ ਚੱਲ ਜਾਵੇ ਤੇ ਮਿਕਸ ਵਜੇ ਬਣਾ ਲਓ ਸਾਰੇ ਮਹਿਕਮੇ ਚ ਥੋੜੀ ਥੋੜੀ ਕਰਦੇ ਹਾਂ ਹਾਂ ਥੋੜੀ ਥੋੜੀ ਭਰਤੀ ਕਰਦੇ ਜਾਓ ਤੁਹਾਨੂੰ ਵੀ ਸੌਖਿਆ ਤੇ ਦੂਜੇ ਜਿਹੜੇ ਭਰਤੀ ਹੋਣ ਵਾਲੇ ਉਹਨਾਂ ਨੂੰ ਵੀ ਹੁੰਦਾ ਵੀ ਚੱਲ ਭਰਤੀ ਰੈਗੂਲਰ ਆ ਹੀ ਜਾਂਦੀ ਹੈ ਯਾਰ ਉਹ ਆਪ ਦੀ ਤਿਆਰੀ ਰੱਖਣ ਆ ਹੀ ਜਾਂਦੀ ਹੈ ਜੀ ਜੀ